ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੀ ਅੱਜ ਦੀ ਗਤੀਵਿਧੀ ਦਾ ਨਾਮ ਹੈ ਦੂਰ ਨੇੜੇ। ਇਹ ਬੌਧਿਕ ਵਿਕਾਸ ਦੀ ਗਤੀਵਿਧੀ ਹੈ, ਸਥਾਨਕ ਜਾਗਰੂਕਤਾ ਬਾਰੇ ਗਤੀਵਿਧੀ ਹੈ। ਇਸ ਵਿੱਚ ਬੱਚਿਆਂ ਨੂੰ ਕਿਸੇ ਇੱਕ ਵਸਤੂ ਤੋਂ ਦੂਜੀ ਵਸਤੂ ਦੇ ਸਥਾਨ ਦਾ ਪਤਾ ਚੱਲਦਾ ਹੈ। ਆਓ ਆਪਾਂ ਦੇਖਦੇ ਹਾਂ ਇਹ ਗਤੀਵਿਧੀ ਆਪਾਂ ਬੱਚਿਆਂ ਨਾਲ ਕਿਵੇਂ ਕਰ ਸਕਦੇ ਹਾਂ। ਅੱਛਾ ਤਨਵੀਰ, ਤੁਸੀਂ ਮੈਨੂੰ ਇਹ ਦੱਸੋ ਝੂਲੇ ਦੇ ਨੇੜੇ ਕੌਣ ਆ? ਪਰਮੀਤ ਕੇ ਅਨਮ? ਵੈਰੀ ਗੁੱਡ। ਅੱਛਾ ਤੁਸੀਂ ਮੈਨੂੰ ਇਹ ਦੱਸੋ ਝੂਲੇ ਤੋਂ ਦੂਰ ਕੌਣ ਹੈ? ਵੈਰੀ ਗੁੱਡ। ਤਨਵੀਰ ਮੈਨੂੰ ਇਹ ਦੱਸੋ ਤੁਹਾਡਾ ਅਨਮ ਅਤੇ ਪਰਮੀਤ ਵਿੱਚੋਂ ਤੁਹਾਡੇ 'ਚੋਂ ਨੇੜੇ ਕੌਣ ਹੈ ਅਤੇ ਤੁਹਾਡੇ ਤੋਂ ਦੂਰ ਕੌਣ ਹੈ? ਵੈਰੀ ਗੁੱਡ। ਤਨਵੀਰ ਮੈਨੂੰ ਇਹ ਦੱਸੋ ਇਸ ਦਰਖਤ ਅਤੇ ਉਸ ਦਰਖਤ ਦੇ ਵਿੱਚੋਂ ਤੁਹਾਡੇ ਵਿੱਚੋਂ ਕਿਹੜਾ ਦਰਖਤ ਨੇੜੇ ਤੁਹਾਡੇ? ਵੈ ਹੱਥ ਲਾ ਕੇ ਦੱਸੋ ਕਿਹੜਾ ਦਰਖਤ ਤੁਹਾਡੇ ਨੇੜੇ ਆ? ਵੈਰੀ ਗੁੱਡ ਬੱਚੇ। ਇਸ ਤਰ੍ਹਾਂ ਤੁਸੀਂ ਇਹ ਗਤੀਵਿਧੀ ਬੱਚਿਆਂ ਨਾਲ ਘਰ ਦੇ ਵਿੱਚ ਕਰ ਸਕਦੇ ਹੋ। ਕੁਝ ਵਸਤੂਆਂ ਉਹਨਾਂ ਦੇ ਨੇੜੇ ਅਤੇ ਕੁਝ ਵਸਤੂਆਂ ਉਹਨਾਂ ਤੋਂ ਦੂਰ ਰੱਖ ਕੇ ਪੁੱਛ ਸਕਦੇ ਹੋ।